ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਯੋਗਾ ਕਰਨ ਵਾਲੀ ਲੜਕੀ ਦੀ ਐਸਜੀਪੀਸੀ ਨੇ ਪੁਲਿਸ ਕੋਲ ਸ਼ਿਕਾਇਤ ਕਰ ਦਿੱਤੀ ਹੈ। ਦੱਸਦੀ ਹੈ ਕਿ ਐਸਜੀਪੀਸੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਦੇ ਵੱਲੋਂ ਇਹ ਗੱਲ ਸਾਂਝੀ ਕੀਤੀ ਗਈ ਹੈ ਅਤੇ ਉਹਨਾਂ ਇਸ ਨੂੰ ਸ਼ਰਾਰਤ ਦੱਸਿਆ। ਉਹਨਾਂ ਕਿਹਾ ਕਿ ਅਸੀਂ ਜਾਂਚ ਕਰ ਰਹੇ ਹਾਂ ਅਤੇ ਇਸ ਦੇ ਲਈ ਇੱਕ ਜਾਂਚ ਕਮੇਟੀ ਦਾ ਗਠਨ ਵੀ ਕਰ ਦਿੱਤਾ ਗਿਆ, ਪਰ ਹੁਣ ਤੱਕ ਦੀ ਜਾਂਚ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਲੜਕੀ ਅੰਦਰ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਵੀ ਨਹੀਂ ਗਈ, ਬਲਕਿ ਉਹ ਸਿੱਧਾ ਪ੍ਰਕਰਮਾ ਦੇ ਵਿੱਚ ਆਉਂਦੀ ਹੈ ਅਤੇ ਯੋਗਾ ਕਰਨ ਲੱਗਦੀ ਹੈ ਅਤੇ ਇਹ ਸਵੇਰੇ 6-7 ਵਜੇ ਦਾ ਟਾਈਮ ਸੀ। ਉਦੋਂ ਉੱਥੇ ਸੰਗਤ ਨਹੀਂ ਸੀ ਅਤੇ ਉਸਨੇ ਉੱਥੇ ਹੀ ਫੋਟੋ ਕਲਿੱਕ ਕੀਤੀ ਤੇ ਫੋਟੋ ਅੱਜ ਜਾਣ ਬੁੱਝ ਕੇ ਵਾਇਰਲ ਕਰ ਦਿੱਤੀ। ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸਾਜ਼ਿਸ਼ ਤਹਿਤ, ਸ਼ਰਾਰਤ ਤਹਿਤ ਅਜਿਹਾ ਕੀਤਾ ਗਿਆ ਅਤੇ ਅਸੀਂ ਇਸ ਤੇ ਕੜੀ ਕਾਰਵਾਈ ਕਰਾਂਗੇ। ਉਹਨਾਂ ਇਹ ਵੀ ਕਿਹਾ ਕਿ ਸੇਵਾਦਾਰਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਉਸ ਵੇਲੇ ਕਿੱਥੇ ਸੀ ਜਦੋਂ ਇਹ ਲੜਕੀ ਇੱਥੇ ਯੋਗਾ ਕਰ ਰਹੀ ਸੀ, ਪਰ ਉਹਨਾਂ ਲੜਕੀ ਦੀ ਮਨਸ਼ਾ ਤੇ ਸਵਾਲ ਚੁੱਕੇ ਨੇ। ਤਾਂ ਐਸਜੀਪੀਸੀ ਦੇ ਵੱਲੋਂ ਹੁਣ ਇਸ ਸੰਬੰਧੀ ਥਾਣੇ ਦੇ ਵਿੱਚ ਸ਼ਿਕਾਇਤ ਕਰ ਦਿੱਤੀ ਗਈ ਹੈ। ਦੇਖਣਾ ਹੋਏਗਾ ਇਸ ਮਾਮਲੇ ਦੇ ਵਿੱਚ ਪੁਲਿਸ ਕੀ ਕਾਰਵਾਈ ਕਰਦੀ ਹੈ, ਪਰ ਐਸਜੀਪੀਸੀ ਨੇ ਇਸ ਦਾ ਸਖ਼ਤ ਨੋਟਿਸ ਲਿਆ ਹੈ। ਉਹਨਾਂ ਕਿਹਾ ਕਿ ਪਹਿਲਾਂ ਵੀ ਅਜਿਹੀਆਂ ਕਈ ਘਟਨਾਵਾਂ ਹੋ ਚੁੱਕੀਆਂ ਨੇ ਜਦੋਂ ਕੁਝ ਜਾਣਬੁੱਝ ਕੇ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਣ ਦੇ ਲਈ ਇੱਥੇ ਆ ਕੇ ਅਜਿਹੀਆਂ ਰੀਲਾਂ ਬਣਾ ਲੈਂਦੇ ਨੇ, ਅਜਿਹੇ ਗਾਣਿਆਂ ਤੇ ਨੱਚ ਲੈਂਦੇ ਨੇ ਅਤੇ ਉਹ ਬਾਅਦ ਦੇ ਵਿੱਚ ਵਾਇਰਲ ਕਰ ਦਿੰਦੇ ਨੇ ਅਤੇ ਇਸ ਲੜਕੀ ਦੀ ਮਨਸ਼ਾ ਤੇ ਵੀ ਸਵਾਲ ਚੁੱਕੇ ਨੇ। ਤਾਂ ਐਸਜੀਪੀਸੀ ਹੁਣ ਇਸ ਲੜਕੀ ਦੀ ਸ਼ਿਕਾਇਤ ਕਰ ਚੁੱਕੀ ਹੈ, ਪੁਲਿਸ ਇਸ ਤੇ ਕੀ ਕਾਰਵਾਈ ਕਰਦੀ ਹੋਏ ਦੇਖਣਾ ਹੋਏਗਾ। ਦੱਸਦੀਏ ਕਿ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ 21 ਜੂਨ ਇੰਟਰਨੈਸ਼ਨਲ ਯੋਗਾ ਡੇ ਵਾਲੇ ਦਿਨ ਇੱਕ ਲੜਕੀ ਆਉਂਦੀ ਹੈ ਅਤੇ ਉਹ ਗੁਰਦੁਆਰਾ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਬੈਠਦੀ ਹੈ, ਗੁਰਦੁਆਰਾ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਬੈਠ ਕੇ ਯੋਗਾ ਕਰਦੀ ਹੈ, ਸ਼ੀਰਸ ਆਸਣ ਕਰਦੀ ਹੈ, ਜਿਸ ਤੋਂ ਬਾਅਦ ਇਹ ਫੋਟੋਆਂ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੰਦੀ ਹੈ। ਜਦੋਂ ਇਹ ਫੋਟੋਆਂ ਅਪਲੋਡ ਹੁੰਦੀਆਂ ਨੇ ਤਾਂ ਅੱਗ ਦੀ ਤਰ੍ਹਾਂ ਵਾਇਰਲ ਹੋ ਜਾਂਦੀਆਂ ਨੇ ਅਤੇ ਲੋਕ ਇਸ ਤੇ ਸਵਾਲ ਚੁੱਕਦੇ ਨੇ। ਫਿਰ ਮਾਮਲਾ ਐਸਜੀਪੀਸੀ ਕੋਲ ਪਹੁੰਚਦਾ ਹੈ ਤੇ ਹੁਣ ਐਸਜੀਪੀਸੀ ਨੇ ਇਸ ਤੇ ਕੜਾ ਐਕਸ਼ਨ ਲਿਆ ਹੈ, ਪੁਲਿਸ ਕੋਲ ਸ਼ਿਕਾਇਤ ਕੀਤੀ ਹੈ, ਜਾਂਚ ਕਮੇਟੀ ਦਾ ਗਠਨ ਕਰ ਦਿੱਤਾ ਹੈ। ਦੇਖਣਾ ਹੋਏਗਾ ਇਸ ਲੜਕੀ ਤੇ ਹੁਣ ਕੀ ਕਾਰਵਾਈ ਹੁੰਦੀ ਹੈ। ਕੱਲ ਇੱਕ ਕੈਮਰੇ ਵੇਖਣ ਤੇ ਪਾਇਆ ਗਿਆ ਕਿ ਇੱਕ ਬੀਬੀ ਆ ਜਿਹੜੀ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ 6:53 'ਤੇ ਐਂਟਰੀ ਕਰਦੀ ਆ, ਜੋ 6:57 'ਤੇ ਦਰਬਾਰ ਸਾਹਿਬ ਦੇ ਅਗਲੇ ਪਾਸੇ ਦੀ ਲੰਘਦੀ ਆ। ਲਗਭਗ ਉਹ 1 ਘੰਟਾ ਰਹਿੰਦੀ ਆ, 7:04 'ਤੇ ਉਹਨੇ ਇਹ ਆਸਣ ਕਰਿਆ, ਯੋਗ ਆਸਣ ਕਰਿਆ ਅਤੇ ਲਗਭਗ 1 ਘੰਟਾ ਉਹ ਪ੍ਰਕਰਮਾ 'ਚ ਰਹਿੰਦੀ ਆ ਅਤੇ ਉਹਨੇ ਕਿਤੇ ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਜਾਂ ਉਹ ਆਲੇ ਦੁਆਲੇ ਕਿਸੇ ਵੀ ਸਥਾਨ 'ਤੇ ਉਸ ਬੀਬੀ ਨੇ ਨਮਸਕਾਰ ਨਹੀਂ ਕੀਤੀ। ਸੋ ਇਹ ਜਾਪਦਾ ਕਿ ਉਹ ਬੀਬੀ, ਕਿਉਂਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਇੱਕ ਸਿੱਖਾਂ ਦਾ ਉਹ ਕੇਂਦਰ ਆ ਜਿੱਥੇ ਇਹ ਕਹਿ ਲਓ ਇੱਕ ਆਪਣੀ ਉਹ ਬੀਬੀ ਮਸੂਰੀ ਕੱਟਣ ਵਾਸਤੇ ਇਹ ਯੋਗ ਆਸਣ ਕੀਤਾ, ਜਿਹਦੇ ਨਾਲ ਸੰਗਤਾਂ ਦੇ ਮਨਾਂ 'ਚ ਬੜੀ ਠੇਸ ਪਹੁੰਚੀ ਆ। ਸੋ ਅਸੀਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵੱਲੋਂ ਉਹ ਬੀਬੀ ਦੇ ਖਿਲਾਫ ਇੱਕ ਪੁਲਿਸ ਨੂੰ ਇੱਕ ਦਰਖਾਸਤ ਦਿੱਤੀ ਆ। ਭਾਵੇਂ ਉਸ ਬੀਬੀ ਨੇ ਹੁਣੇ ਸੋਸ਼ਲ ਮੀਡੀਆ 'ਤੇ ਲਗਭਗ 1.25 ਘੰਟਾ ਹੋ ਗਿਆ ਉਹਨੇ ਆਪਣੀ ਇਹ ਮਾਫ਼ੀ ਮੰਗ ਲਈ ਆ, ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਪਹਿਲਾਂ ਇਹ ਗਲਤੀਆਂ ਇੱਥੇ ਆ ਕੇ ਕਿਉਂ ਕਰਦੇ ਨੇ, ਫਿਰ ਬਾਅਦ 'ਚ ਮਾਫ਼ੀਆਂ ਮੰਗਦੇ ਨੇ। ਸੋ ਅਜਿਹੀਆਂ ਗੱਲਾਂ, ਅਜਿਹੀਆਂ ਹਰਕਤਾਂ ਤੋਂ ਇਹਨਾਂ ਨੂੰ ਆਵਾਜ਼ ਆਉਣਾ ਚਾਹੀਦਾ, ਜਿਹਦੇ ਨਾਲ ਸੰਗਤਾਂ ਦੇ ਮਨਾਂ ਨੂੰ ਠੇਸ ਪਹੁੰਚਦੀ ਆ। ਅਸੀਂ ਬਾਕੀ ਸੰਗਤਾਂ ਨੂੰ ਵੀ ਅਪੀਲ ਕਰਦੇ ਹਾਂ, ਬੇਨਤੀ ਕਰਦੇ ਹਾਂ, ਸੱਚਖੰਡ ਸ੍ਰੀ ਦਰਬਾਰ ਸਾਹਿਬ ਸਿੱਖਾਂ ਦੀ ਆਸਥਾ ਦਾ ਉਹ ਕੇਂਦਰ ਆ ਜਿੱਥੇ ਬਹੁਤ ਸਾਰੀਆਂ ਸੰਗਤਾਂ ਸ਼ਰਧਾ ਅਤੇ ਸਤਿਕਾਰ ਵਾਸਤੇ ਆਉਂਦੀਆਂ ਨੇ। ਸੋ ਇੱਥੇ ਆ ਕੇ ਅਸੀਂ ਇੱਦਾਂ ਦੀਆਂ ਵੀਡੀਓ, ਇੱਦਾਂ ਦੇ ਆਸਣ ਨਾ ਕਰਿਆ ਕਰੀਏ ਜਿਹਨਾਂ ਦੇ ਨਾਲ ਸੰਗਤਾਂ ਦੇ ਮਨਾਂ ਨੂੰ ਠੇਸ ਪਹੁੰਚੇ। ਸੋ ਜਿਹੜੇ ਸਾਡੇ ਮੁਲਾਜ਼ਮਾਂ ਦੀ ਉੱਥੇ ਡਿਊਟੀ ਸੀਗੀ, ਉਹ 3 ਮੁਲਾਜ਼ਮਾਂ ਦੇ ਖਿਲਾਫ਼
ਅਸੀਂ ਭਾਈ ਗਗਨਪਾਲ ਸਿੰਘ ਆ ਜੋ ਆਰ ਜੀ ਸੇਵਾਦਾਰ, ਭਾਈ ਹਰਜਿੰਦਰ ਸਿੰਘ ਜੀ ਸੇਵਾਦਾਰ, ਭਾਈ ਪਲਵਿੰਦਰ ਸਿੰਘ ਜੀ ਸੇਵਾਦਾਰ, ਉਹ ਮੁੱਢਲੇ ਤੌਰ 'ਤੇ ਅਸੀਂ ਉਹਨਾਂ ਨੂੰ ਮੁਅੱਤਲ ਕਰਕੇ ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਆ। ਸੋ ਬਾਕੀ ਵੀ ਮੁਲਾਜ਼ਮਾਂ ਨੂੰ ਹਦਾਇਤ ਕਰ ਦਿੱਤੀ ਆ ਕਿ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਇੱਦਾਂ ਦੀ ਕੋਈ ਗੱਲਬਾਤ ਪਾਏਗੀ ਤਾਂ ਉਹਨਾਂ ਦੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸੋ ਸੰਗਤਾਂ ਨੂੰ ਵੀ ਬੇਨਤੀ ਆ ਕਿ ਇੱਥੇ ਆ ਕੇ ਅਜਿਹੀਆਂ ਗੱਲਾਂ ਤੋਂ ਸਾਨੂੰ ਸੁਚੇਤ ਹੋਣਾ ਚਾਹੀਦਾ, ਅਜਿਹੀਆਂ ਗੱਲਾਂ ਜਿਹਦੇ ਨਾਲ ਸੰਗਤਾਂ ਦੇ ਮਨਾਂ ਨੂੰ ਕੋਈ ਠੇਸ ਨਾ ਪਹੁੰਚੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।